ਸ਼ੀਲੂ ਸ਼ਹਿਜਾਦ ਅਲੀ ਸਾਜੀ ਸ਼ਕਰਪੁਰੀਆ ਤੇ ਸ਼ੀਲੂ ਉਹ ਸ਼ੀਲੂ ਤੇ ਸਾਜੀ ਸਾਜੀ ਤੇ ਸ਼ੀਲੂ ਸ਼ੀਲੂ ਤੇ ਸਾਜੀ ਤਾਂ ਬੁਰਜ ਖਲੀਫੇ ਵਰਗਾ ਉਹ ਸ਼ੀਲੂ ਉਹ ਚੰਦਰਿਆ ਕੀ ਖਿਆਲ ਹੈ ਉਹ ਸ਼ੀਲੂ ਉਹ ਸ਼ੀਲੂ ਉਹ ਲੋਕ ਸ਼ੀਲੂ ਕਰਦੇ ਆ ਸ਼ੀਲੂ ਗਾਉਂ ਦੀ ਖੇਲ ਸਮਿਤੀ ਵੀ ਲਾਈ ਜੁੜੀ ਹੋਈ ਹੈ ਡਾਕਟਰ ਸਿੱਧੂ ਫਰੀਦਾਬਾਦ ਕੀ ਤਰਫੋਂ ਦੋਨੋਂ ਸਾਈਡ ਜਿਤਨੀ ਕੈਚ ਲਗੇਗੀ 200 200 ਔਰ ਜੋ ਰੇਟਰ ਨੋਨ ਸਟਾਪ ਹੋਗਾ 500 ਰੁਪਏ ਉਸ ਰੇਟਰ ਨੂੰ ਦਿਏ ਜਾਏਗੇ ਸ਼ਹਿਜਾਦ ਅਲੀ ਜਲੰਧਰੀਆ ਪਹਿਲੀ ਕਬੱਡੀ ਗਰਾਊਂਡ ਦੇ ਵਿੱਚ ਦੂਜੇ ਸੈਮੀ ਦੀ ਪਾ ਰਿਹਾ ਇੱਕ ਪਾਸੇ ਬਹੋਦਪੁਰ ਦੀ ਧਰਤੀ ਦਾ ਸ਼ੀਲੂ ਹੈ ਔਰ ਦੂਜੇ ਪਾਸੇ ਸ਼ੀਲੂ ਦਾ ਵੀਰ ਕਹਿੰਦੇ ਮਨੀਸ਼ ਲੱਗਿਆ ਹੋਇਆ ਔਰ ਸੁਰਿੰਦਰ ਕੁਮਾਰ ਦੇ ਦੋਨੋਂ ਪੁੱਤਰ ਦੋਨੋਂ ਕੰਨੀਆਂ ਦੇ ਲੱਗੇ ਹੋਏ ਆ ਆਹ ਡੀਸੀ ਦੇ ਖੇਡ ਸੀਜ਼ਨ ਦਾ ਬੈਸਟ ਜਾਫੀ ਹੈ ਇਹ 9-11 ਦਾ ਬੈਸਟ ਹੈ ਇਹਨੇ 9 ਟਰੈਕਟਰ ਜਿੱਤੇ ਹੈ ਇਹ ਲੋਕਾਂ ਦੇ ਦਿਲਾਂ ਤੇ ਡਾਕੇ ਮਾਰ ਜਾਂਦਾ ਹੈ ਔਰ ਸ਼ੀਲੂ ਬਲਿਹਾਰਾ ਬਹੋਦਪੁਰ ਦੀ ਧਰਤੀ ਦਾ ਰੋਧਕ ਵਾਲਾ ਪਹਿਲਾ ਜਫਾ ਲਾ ਗਿਆ ਹੈ ਅਗਲੀ ਕਾਸ਼ੀਪੁਰੀਆ ਹਾਂ ਕਾਸ਼ੀਪੁਰੀਆ ਦੀਪਕ ਆ ਗਿਆ ਅਰੇ ਅੱਖ ਮਾਰੀਆ ਜੱਗੂ ਅਗਰ ਬੈਸਟ ਆਇਆ ਤਾਂ ਨੰਦਗੜੀਆ ਮੋਹਿਤ ਕੀ ਤਰਫ ਸੇ 21 ਹੋ ਗਏ ਕਾਸ਼ੀਪੁਰੀਆ ਦੀਪਕ ਆ ਗਿਆ ਕਿਲਕੀ ਆਣ ਜਾ ਕਿਲਕੀ ਆਓ ਰਾਜਪੁਰੇ ਵਾਲਾ ਰਾਜਪੁਰੇ ਵਾਲਾ ਰਾਜਪੁਰੇ ਵਾਲਾ ਰਾਜਪੁਰੇ ਵਾਲਾ ਰਾਜਪੁਰੇ ਵਾਲਾ ਅਗਲੀ ਰੇਲ ਕਹਿੰਦੇ ਡੇਢਾਂ ਦੇ ਕਬੱਡੀ ਕੱਪ ਦਾ ਕੰਬਾਈਨ ਜੇਤੂ ਖਿਡਾਰੀ ਹੈ ਮੇਰੀ ਵੀਰੀ ਸਪੋਰਟਸ ਕਲੱਬ ਦਾ ਮੇਰੇ ਵੀਰੋ ਇਹ ਭੁੜੀਆ ਹੈ ਸੀਸਰ ਵਾਲਾ ਇੱਕ ਪਾਸੇ ਨੌਜਵਾਨ ਗਰਾਉਂਡ ਦੇ ਵਿੱਚ ਦੇਖਦੇ ਹਾਂ ਪ੍ਰਵੇਸ਼ ਹੈ ਨਾਲ ਕਹਿੰਦੇ ਇਸ ਸਮੇਂ ਮਨੀਸ਼ ਤੇ ਰਕੇਸ਼ ਹੈ ਔਰ ਨਾਲ ਸ਼ੀਲੂ ਆਹ ਨੌਜਵਾਨ ਹੈ ਭੁੜੀਆ ਮੇਰੇ ਵੀਰੋ ਲੱਖਾਂ ਦਾ ਪੁਆਇੰਟ ਇਸ ਸਮੇਂ ਹਰਿਮਾਲਾ ਦੀ ਟੀਮ ਦੇ ਲਈ ਜੋੜ ਗਿਆ ਹੈ ਇਸ ਵੇ ਜ਼ਿਲ੍ਹਾ ਰੋਹਤਕ ਦੀ ਧਰਤੀ ਦਾ ਗੱਭਰੂ ਕਬੱਡੀ ਪਾ ਰਿਹਾ ਪਰ ਦਿਨੇ ਖੱਤਰੀ ਕਹਿੰਦੇ ਹਿੱਕ ਤੇ ਸ਼ੇਰ ਬਿਠਾਈ ਫਿਰਦਾ ਸ਼ੇਰ ਭੁੱਖਾ ਰਹਿ ਸਕਦਾ ਪਰ ਕਦੇ ਘਾਹ ਨਹੀਂ ਖਾਂਦਾ ਹੁੰਦਾ ਆਹ ਪੰਜਾਬ ਦੇ ਦੁਆਬ ਇਲਾਕੇ ਤੋਂ ਚੱਲ ਕੇ ਆਇਆ ਜਿੱਥੇ ਦੋ ਦਰਿਆ ਇਕੱਠੇ ਚੱਲਦੇ ਆ ਉਹਨੂੰ ਦੋ ਆਬ ਕਹਿੰਦੇ ਆ ਇਹ ਜਲੰਧਰ ਤੋਂ ਚੱਲ ਕੇ ਆਇਆ ਇਹ ਮਲੂਕ ਅਲੀ ਦਾ ਭਾਈ ਹੈ ਇਹ ਕਹਿੰਦੇ ਸ਼ਹਿਜਾਦ ਅਲੀ ਹੈ ਉਹ ਸਾਹਮਣੇ ਮੇਰੇ ਵੀਰੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਸ਼ੀਲੂ ਸ਼ਹਿਜਾਦ ਅਲੀ ਸਾਜੀ ਸ਼ਕਰਪੁਰੀਆ ਤੇ ਸ਼ੀਲੂ ਉਹ ਸ਼ੀਲੂ ਤੇ ਸਾਜੀ ਸਾਜੀ ਤੇ ਸ਼ੀਲੂ ਸ਼ੀਲੂ ਤੇ ਸਾਜੀ 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 ਔਰ ਪਾ ਗਿਆ ਰਿੰਕੂ ਖਰੇਟੀ ਵਾਲਾ ਖਰੇਟੀ ਵਾਲਾ ਖਰੇਟੀ ਵਾਲਾ ਖਰੇਟੀ ਵਾਲਾ ਆ ਗਿਆ ਰੋਡ ਪਰ ਜੱਗੂ ਆ ਕਮਾਲੀ ਅਭੀ ਕੱਚ ਕੀ ਦਰ ਕਰਾ ਰਹੇ ਆ ਕਮਾਲੀ ਆ ਜੱਗੂ ਆ ਰਾਜਪੁਰੀਆ ਸੋਨੂ ਜੱਗੂ 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 ਆ ਜੱਗੂ ਆ ਖਰੇਟੀ ਵਾਲਾ ਬੱਲੇ ਬੱਲੇ ਕਰਵਾ ਗਿਆ ਅੱਜ ਤੋਂ ਗੱਡੀਆਂ ਦਾ ਜੇਤੂ ਮੇਰੇ ਵੀਰੇ ਅੱਜ ਕਹਿੰਦੇ ਦਿਆਲਪੁਰ ਦਾ ਮੇਲਾ ਭੰਗੜੇ ਪੈਂਦੇ ਆ ਰਮਾਲ ਭੰਮਦੇ ਆ ਉਹ ਦੁਨੀਆਂ ਦੇ ਵਿੱਚ ਹੁੱਲੇ ਹੁਲਾਰੇ ਨੇ ਅਗਲੀ ਕਬੱਡੀ ਭੁੜੀਆ ਸੀਸੋ ਵਾਲਾ ਪਾਉਣ ਦੇ ਲਈ ਵਧਿਆ ਹੋਇਆ ਇੱਕ ਪਾਸੇ ਪ੍ਰਵੇਸ਼ ਹੈ ਨਾਲ ਨੌਜਵਾਨ ਗਰਾਊਂਡ ਦੇ ਵਿੱਚ
ਦੇਖਦੇ ਵੀ ਮਨੀਸ਼ਾ ਸ਼ੀਲੂ ਵਰਗੇ ਚਾਰ ਜਾਂ ਫਿਰਕੇਸ਼ ਵਰਗੇ ਤਿਆਰ ਹੈ, ਪਰ ਦੀਪਕ ਦੀ ਅਗਲੀ ਕਬੱਡੀ ਫਰੀਦਾਬਾਦੀਏ ਦੀ ਪੈ ਰਹੀ ਹੈ। ਹਾਂ ਕਾਸ਼ੀਪੁਰੀ ਦੀਪਕ ਕੀ ਰੇਡ ਆ ਗਈ ਹੈ ਦੋਸਤੋ, ਅੱਖ ਵਾਲੀਆ ਚੱਕੂ ਤਿਆਰ ਹੈ, ਟੂਰਨਾਮੈਂਟ ਕੇ ਤਿੰਨ ਚਾਰ ਦਿਨ ਬਾਅਦ ਵੀ ਇੱਕੇ ਆਵਾਜ਼ ਆਊਗੀ ਨਾਮ ਕੀ ਗਾਣਾ ਮੈਂ ਜੱਗੂ ਜੱਗੂ। ਲੇਕਿਨ ਰਾਜਪੁਰੀਏ ਸੋਨੂ ਕੋ ਟੱਚ ਕਰਕੇ ਯੂ ਫਲੋਰ ਐਕਸਪ੍ਰੈਸ ਹੈ, ਤਗੜਾ ਪੁਆਇੰਟ ਆਪਣੀ ਟੀਮ ਦੇ ਖਾਤੇ ਮੈਂ ਜੋੜ ਗਿਆ। ਉਹਦੇ ਸ਼ਾਕਰਪੁਰੀਆ ਸਾਦੀ ਦੇਰ ਦੇਰ ਕੇ ਲਗਾਤਾਰ ਕਬੱਡੀਆਂ ਪਾ ਰਿਹਾ, ਅੱਜ ਜਲੰਧਰ ਵਾਲਾ ਕਹਿੰਦੇ ਆਈ ਤੇ ਆਇਆ ਫਿਰਦਾ, ਗੱਭਰੂ ਮਾਝੇ ਦੇ ਤੇ ਮਿੱਠੇ ਲੋਕ ਦੁਆਬੇ ਦੇ ਲੱਭਦੀ ਕਿਤੇ ਵੀ ਨਹੀਂ ਮਲਵੰਜਾ ਵਰਗੀ ਯਾਰੀ, ਇਹ ਦੁਆਬੇ ਤੋਂ ਚੱਲ ਕੇ ਆਇਆ ਹੋਇਆ, ਇਹ ਦੁਆਬੇ ਵਾਲਾ ਕਹਿੰਦੇ ਇਸ ਵੇ ਹਰਖਿਆ ਫਿਰਦਾ, ਅੱਲਾਹੂ ਦਾ ਆਵਾਜ਼ ਆਵੇ ਕੁੱਲੀ ਨੀ ਫਕੀਰ ਦੀ ਵਿੱਚੋਂ, ਇਸ ਵੇ ਨੱਚਦਾ ਫਿਰਦਾ ਪੈਰਾਂ ਦੇ ਵਿੱਚ ਭਕਾਲ ਲੈ ਕੇ ਚੱਲਦਾ। ਅਗਲੀ ਕਬੱਡੀ ਖਰੈਂਚੀ ਵਾਲੇ ਰਿੰਕੂ ਦੀ ਪੈ ਰਹੀ ਹੈ। ਹਾਂ ਖਰੈਂਚੀ ਵਾਲਾ ਖਰੈਂਚੀ ਵਾਲਾ ਖਰੈਂਚੀ ਵਾਲਾ ਅਲਕਾ ਬਿਲਕੁਲ ਕਬੱਡੀ ਜਗਤ ਦਾ ਸੁਪਰ ਸਟਾਰ ਰੇਡਰ ਬਾਈ 2800 ਟੋਰਾਂਟੋ ਕਬੱਡੀ ਕੱਪ ਦਾ ਬੈਸਟ ਰੇਡਰ ਹੈ। ਆਓ ਸੋਨੂ ਰਾਜਪੁਰੀਆ ਅਰੇ ਖਰੈਂਚੀ ਵਾਲੇ ਰਿੰਕੂ ਦੀ ਰੇਡ ਨੂੰ ਮਜਾਓ, ਕਿਲ ਕਿਲ ਆਉਂਦੇ ਕਿਆ ਬਾਤ ਹੈ, ਜਾਂ ਫਿਰ ਡਗਾ ਢੋਲ ਦਾ ਪਾਟੂ ਨਹੀਂ ਅੱਜ ਤੇਰਾ ਲੌਂਗ ਵਾਚੂ, ਅੱਜ ਦੇ ਡਗੇ ਢੋਲਾਂ ਦੇ ਪਾਟਦੇ ਆ ਲੌਂਗ ਵਾਚਦੇ ਆ, ਉਹ ਮੁੰਡੇ ਨੰਬਰਾਂ ਪਿੱਛੇ ਲੜਦੇ ਫਿਰਦੇ ਆ, ਇੱਕ ਦੂਜੇ ਨਾਲ ਮਸ਼ਕਰੀਆਂ ਕਰਦੇ ਫਿਰਦੇ ਆ। ਆ ਬੁੜੀਆ ਉਹ ਸ਼ੇਰ ਖਾਨੀਆਂ ਸ਼ੀਲੂ ਨਾਲ ਕਰਦਾ, ਉਹ ਸ਼ੀਲੂ ਨੂੰ ਛੇੜ ਗਿਆ, ਉਹ ਸ਼ੀਲੂ ਨੂੰ ਛੇੜ ਗਿਆ, ਬੁੜੀਆ ਸ਼ੀਲੂ ਨੂੰ ਉਹ ਕਰ ਗਿਆ ਮਸ਼ਕਰੀਆਂ, ਬੁੜੀਆ ਮੇਰੇ ਵੀਰੇ। ਅਗਲੀ ਰੇਡ ਕਹਿੰਦੇ ਕਾਸ਼ੀਪੁਰੀਏ ਦੀ ਪੈ ਰਹੀ ਹੈ। ਹਾਂ ਕਾਸ਼ੀਪੁਰੀਏ ਕੀ ਕਾਸ਼ੀਪੁਰੀਏ ਕੀ ਜੱਗੂ, ਬੜੀ ਦੂਰ ਹੈ ਮਨਸਾ, ਸਾਰਾ ਹਰਿਆਣਾ ਕ੍ਰੋਸ ਕਰਨਾ ਪੜਿਆ, ਜਬ ਯਹਾਂ ਤੋ ਚਾਹ ਰਾਜਪੁਰੀਆ 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 ਰਾਜਪੁਰੀਆ। ਸੋਨੂੰ ਕੋਕੇ ਲਾ ਗਿਆ, ਦੁਨੀਆਂ ਨੂੰ ਚਾ ਗਿਆ, ਮੇਲਾ ਬਣਾ ਗਿਆ, ਦਿਆਲਪੁਰ ਦੇ ਵਿੱਚ ਪੱਲੇ ਬੱਲੇ ਕਰਵਾ ਗਿਆ, ਸੋਨੂੰ ਰਾਜਪੁਰੇ ਭੈਣ ਵਾਲਾ ਕਹਿੰਦੇ ਆ ਇਹਨੂੰ ਦੁਨੀਆਂ ਦੇ ਆ ਗਿਆ। ਇਸ ਕੇਸ ਪੇ 1100 ਰੁਪਏ ਰੋਜ਼ ਟੂਟਾ ਬਾਈ ਕੀ ਤਰਫ ਸੇ ਪ੍ਰੋਫੈਸਰ ਸਾਹਿਬ। ਸਾਦੀ ਆ ਗਿਆ ਸ਼ਕਰਪੁਰੀਆ ਮੇਰੇ ਵੀਰੇ, ਲਗਾਤਾਰ ਕਬੱਡੀਆਂ ਪਾ ਰਿਹਾ, ਨਹਾ ਧੋ ਕੇ ਚਰਖਾ ਮੈਂ ਨਿੰਮ ਥੱਲੇ ਡਾਇਆ, ਬੂਹੇ ਦੀ ਬਿਰਲ ਵਿੱਚ ਨਜ਼ਰ ਸੀ ਆਇਆ, ਜਿਹੜੇ ਲੁੱਕ ਲੁੱਕ ਝਾਤੀਆਂ ਉਹ ਮਾਰਦਾ, ਪੂੜੀਆਂ ਮੈਂ ਚਾਰ ਕੱਤੀਆਂ, ਗੇੜਾ ਪੰਜਵਾਂ ਗਲੀ ਚ ਸਾਜੀ ਯਾਰ ਦਾ, ਸ਼ੀਲੂ ਤੇ ਸਾਜੀ ਸਾਜੀ ਤੇ ਸ਼ੀਲੂ, ਉਹ ਮਸ਼ਕਰੀਆਂ ਕਰ ਗਿਆ ਸਾਜੀ। ਅਰੇ ਸਾਜੀ ਦੀ ਰੇਡ ਕਿਵੇਂ ਕਿੰਨਾ ਵਧੀਆ ਲੱਗੀ, ਕਿਲਕੀ ਮਾਰ ਕੇ ਬਤਾ ਦੋ, ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤਾਂ ਨੇ। ਖਰਗ ਦਾ ਟਾਰ ਵਾਲਾ ਵਿਨੇ ਖੱਤਰੀ ਆ ਗਿਆ ਰੇਡ ਤੇ, ਸੁੱਖਾ ਠੇਕੇਦਾਰ ਸਿਵਾਰੇ ਭਾਈ ਆ ਰਹੇ ਆ ਗਿਆ ਰੇਡ ਤੇ, ਅਗਰ ਆਜ ਬੈਸਟ ਆਇਆ ਬਿਲਕੁਲ ਵਿਨੇ ਖੱਤਰੀ ਬਾਈ, ਤੋ ਆਓ ਜੱਗੂ ਜੱਗੂ ਜੱਗੂ। ਦੂਜੇ ਪਾਸੇ ਵਿਨੇ ਖੱਤਰੀ ਖੜਕੇ ਜਾਣ ਵਾਲਾ ਕਹਿੰਦੇ ਰੋਹਤਕ ਵਾਲਾ ਕਮਾਲ ਕਰ ਗਿਆ ਮੇਰੀ ਵੀ। ਹਾਂ ਰੋਹਤਕ ਵਾਲਾ ਕਮਾਲ ਕਰ ਗਿਆ, ਰੋਹਤਕ ਵਾਲਾ ਕਮਾਲ ਕਰ ਗਿਆ ਦੋਸਤੋ। ਆ ਜੀ ਸ਼ੇਵਕ ਜੀ ਬੋਰੀਆ ਸੀਸਰ ਵਾਲਾ ਉੱਚਾ ਲੰਮਾ ਗੱਭਰੂਆ ਕੋਠੇ ਜਿੱਦਾਂ ਮੁੰਡਾ ਹੈ, ਕਬੱਡੀ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਵਾਧਾ ਹੋਇਆ, ਮਾੜੇ ਬੰਦੇ ਨੂੰ ਮਿਲਿਆ ਤੇਰਾ ਪਿਆਰ ਵਜ਼ੀਫੇ ਵਰਗਾ, ਲੋਕੀ ਕਹਿਣਗੇ ਗੱਭਰੂ ਪੱਟਦਾ ਬੁਰਜ ਖਲੀਫੇ ਵਰਗਾ, ਓਏ ਸ਼ੀਲੂ ਓਏ ਚੰਦਰਿਆ ਕੀ ਖਿਆਲ ਹੈ, ਓਏ ਸ਼ੀਲੂ ਓਏ ਸ਼ੀਲੂ ਓ ਲੋ ਸ਼ੀਲੂ ਕਰਦੇ ਆ ਸ਼ੀਲੂ ਜੱਫਾ ਦੇ ਸ਼ੀਲੂ ਉੱਠ ਗਿਆ ਭੁੜੀਆ ਸੀਸਰ ਵਾਲਾ ਰਿੰਕੂ ਆ ਗਿਆ ਮੇਰੇ ਵੀਰੋ। ਹਾਂ ਕਰੈਕਟੀ ਵਾਲਾ ਰਿੰਕੂ ਆ ਗਿਆ ਰੇਡ ਤੋਂ ਦੋਸਤੋ, ਕਰੈਕਟੀ ਵਾਲਾ ਰਿੰਕੂ ਆ ਗਿਆ ਵੀਨੇ ਬਿਲਕੁਲ ਬਾਈ ਬਣਾ। ਹਾਂ ਡੀਜੇ ਡੀਜੇ ਬਾਈ ਇੰਟਰਗਰਾਊਂਡ ਪਾ ਜਾਏ, ਡੀਜੇ ਬਾਈ ਇੰਟਰਗਰਾਊਂਡ ਪਾ ਕਰੈਕਟੀ ਵਾਲੇ ਰਿੰਕੂ ਕੀ ਰੇਡ ਹੈ ਦੋਸਤੋ। ਉੱਧਰ ਸਾਮਰਥ ਬਹਿਣੀ ਵਾਲੇ ਉੱਧਰ ਵੀ ਰਿਡਾਊ ਲਾਈ ਜੁੜੇ ਹੋਏ ਦੋਨਾਂ ਭਾਈਆਂ ਦਾ ਮਾਲੀਆ ਜਖਾ ਦੋ ਮਾਲੀਆ ਮਾਲੀਆ
ਨਾ ਚੁੱਠਿਆ। ਅੱਜ ਧਮਕ ਦਿੱਲੀ ਤੱਕ ਪੈਂਦੀ ਹੈ, ਅੱਜ ਸਾਰਾ ਮੇਰੇ ਵੀਰੇ ਫਰੀਦਾਬਾਦ ਕਹਿੰਦੇ ਨਾ ਚੁੱਠਿਆ। ਉਹ ਸ਼ਕਰਪੁਰੀਆਂ ਸਾਜੀ ਆ ਗਿਆ ਕਬੱਡੀ ਪਾਉਣ ਦੇ ਲਈ। ਹਾਂ ਸਹਿਜਾਦ ਅਲੀ ਆ ਗਿਆ ਹੈ, ਬਹੁ ਅਕਬਰਪੁਰੀਆ ਮਨੀਸ਼ ਕੀ ਟੀਮ ਕੈਚੇ ਬਬਲੂ ਅੱਡਾ ਕਬੱਡੀ ਗਰੁੱਪ ਕੀ ਤਰਫ ਸੇ 1100। ਸਹਿਜਾਦ ਅਲੀ ਸਾਜੀ ਸ਼ਕਰਪੁਰੀਆ ਜਲੰਧਰ ਵਾਲਾ ਦੁਆਬੇ ਵਾਲਾ ਪੰਜਾਬ ਵਾਲਾ ਕਬੱਡੀ ਪਾ ਰਿਹਾ ਹੈ। ਇੱਕ ਬਹੁ ਅਕਬਰਪੁਰੀਆ ਸਾਜੀ ਸਾਜੀ ਸ਼ਹਿ ਕਹਿੰਦੇ ਸ਼ੀਲੂ ਦਾ ਵੀਰ ਹੈ, ਸੁਰਿੰਦਰ ਕੁਮਾਰ ਦਾ ਛੋਟਾ ਪੁੱਤ ਹੈ, ਇਸਵੇਂ ਮੁਕਾਬਲਾ ਕਰਕੇ ਹਟਿਆ। ਪਰ ਅਗਲੀ ਰੇਡ ਕਾਸ਼ੀਪੁਰੀ ਦੀਪਕ ਦੀ ਗਰਾਊਂਡ ਵਿੱਚ ਪੈ ਰਹੀ ਹੈ। ਚਾਰ ਜਾਫੀਆਂ ਤੇ ਬੋਲਿਆ ਹਫਲਾ, ਰੋਹਿਤ ਹੋਡਾ ਤੇ ਇਕਬਾਲ ਜਾਲਪੁਰ ਦੀ ਤਰਫ ਤੋਂ ਬਹੁਤ ਸਾਰਾ ਮਾਰੇ ਨਾਲ ਬੋਲਣ ਦੇ ਲਈ ਆਇਆ। ਉਹ ਕਾਸ਼ੀਪੁਰੀਆ ਦੀਪਕ ਪੁੱਠਾ ਕਰਤਾ, ਬੁੱਕਦਾ ਇਹ ਨੀ ਝੋਟਾ ਰੁਕਦਾ, ਉਹ ਆਉਂਦਾ ਬੁੱਕਦਾ। ਸਤੀਸ ਸਰਪੰਚ ਵੀ ਪੁੱਜਾ ਹੋਇਆ, ਮਾਸਟਰ ਜੀ ਤੁਸੀਂ ਵੱਡੀ ਟੀਮ ਬਣਾਈ ਹੈ, ਉਹ ਰੇਡ ਪਾਉਣ ਦੇ ਲਈ ਕਹਿੰਦੇ ਭੁੜੀਆ ਤਿਆਰ ਬਰ ਤਿਆਰ ਹੈ। ਹਾਂ ਸੀਸਰ ਵਾਲਾ ਭੁੜੀਆ ਕਮਾਲਪੁਰ ਆ ਕੇ ਧਰਤੀ ਦਾ 9-11 ਵਿਜੇਤਾ ਖਿਲਾੜੀ ਸੀਸਰ ਵਾਲਾ ਭੁੜੀਆ ਆ ਗਿਆ ਰੇਡ ਪਰ। ਦੋਸਤੋ ਮੈਂ ਮਾਲਾ ਸਿਵਾ ਚ ਆਇਆ ਹੈ, ਉਸ ਭਾਈ ਦਾ ਵੱਡਾ ਪਿੰਡਾਂ ਵਾਲੇ ਸਿੱਲੂ ਕੀ ਕੈਚੇ ਇੱਕ ਹਜ਼ਾਰ ਕੀ ਹੈ। ਲਓ ਭੁੜੀਆ ਸੀਸਰ ਵਾਲਾ ਨਰਵਾਲੇ ਗੇੜੀਏ ਦਾ ਸੀਸਰ ਵਾਲਾ ਭੁੜੀਆ ਸਿੱਲੂ ਸ਼ੀਲੂ ਕਰਦਾ ਫਿਰਦਾ ਚੰਦਰੇ ਦੇ ਬੁੱਲਾਂ ਦੇ ਵਿੱਚ ਹੱਸਾ। ਰੋਹਿਤ ਹੁੱਡਾ ਸਾਡਾ ਵੱਡਾ ਭਾਈ ਹੈ, ਰੋਹਿਤ ਵੀਰਾ ਕਹਿੰਦਾ ਜੇ ਹਾਕ ਮਾਰੀਆ ਜੱਗੂ ਝੋਟਾ 3 ਦਫੇ ਲਾਵੇ ਆਪਾਂ 2100 ਰੁਪਇਆ ਦੇਵਾਂਗੇ। ਅੱਜ ਸਾਡੇ ਜਨਮ ਦਿਨ ਵੀ ਹੈ ਮੇਰੇ ਵੀਰੇ ਵੱਡੇ ਭਾਈ। ਸ਼ਾਮਤ ਬਾਣੀ ਵਾਲੇ ਰਵੀ ਰਡਾਊ ਬਿਲਕੁਲ ਵੀਰੇ ਕੇ ਬਹੁਤ ਬੜੇ ਫੈਨ ਨੇ ਲਾਈ ਜੁੜੇ ਹੋਏ, ਦੋਨਾਂ ਭਾਈਆਂ ਦਾ ਬਾਰ ਬਾਰ ਧੰਨਵਾਦ ਹੈ। ਸ਼ਾਮਤ ਬਾਣੀ ਵਾਲ ਕਾ ਰਵੀ ਰਡਾਊਗਾ ਦੋਨਾਂ ਭਾਈ ਲਾਈ ਜੁੜੇ ਬੈਠੇ, ਵੱਡਾ ਧੰਨਵਾਦ ਹੈ। ਸਾਜੀ ਜੀ ਰੇਡ ਆ ਗਈ ਹੈ ਦੋਸਤੋ, ਸਾਜੀ ਸਹਿਜਾਦ ਅਲੀ ਦੀ ਅਗਲੀ ਕਬੱਡੀ ਪੈ ਰਹੀ ਆ ਪੰਜਾਬ ਦੇ ਜ਼ਿਲ੍ਹਾ ਜਲੰਧਰ ਦਾ। ਕਹਿੰਦੇ ਇਸ ਸਮੇਂ ਸ਼ਕਰਪੁਰੀਆ ਗੱਭਰੂ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾ ਰਿਹਾ ਹੈ। ਇੱਕ ਪਾਸੇ ਪ੍ਰਵੇਸ਼ ਹੈ, ਨਾਲ ਮਨੀਸ਼ ਹੈ, ਨਾਲ ਰਕੇਸ਼ ਹੈ। ਉਹ ਸ਼ੀਲੂ ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ, ਬੱਲੇ ਉਹ ਚਲਾਕ ਸੱਜਣਾ, ਅੱਖਾਂ ਸਾਡੇ ਨਾਲ ਦਿਲ ਕਿਤੇ ਹੋਰ ਨਾਲ, ਬੱਲੇ ਉਹ ਚਲਾਕ ਸੱਜਣਾ। ਉਹ ਕਬੱਡੀ ਕਾਸ਼ੀਪੁਰੀਏ ਦੀਪਕ ਦੀ ਪੈ ਰਹੀ ਹੈ, ਇਹਨੇ ਕੈਨੇਡਾ ਦੇ ਵਿੱਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਲਈ ਬੱਲੇ ਬੱਲੇ ਕਰਵਾਈ ਹੈ। ਵਿਨੋਦ ਭਾਟੀ ਦੀ ਤਰਫ ਸੇ ਬਾਈ ਜੱਗੂ ਕੀ 3 ਕੈਚ 3100 ਕੀ ਯੁਵਰਾਜਪੁਰੀਆ 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 ਸੋਨੂ ਰੋਹਿਤ ਹੁੱਡਾ ਦੀ ਤਰਫ ਸੇ ਇਸ ਕੈਚ ਪੇ 1100। ਰੋਹਿਤ ਹੁੱਡਾ ਕੀ ਤਰਫ ਸੇ ਇਸ ਕੈਚ ਪੇ 1100 ਰੁਪਏ ਆ ਗਏ, ਵੱਡਾ ਧੰਨਵਾਦ। ਉਧਰ ਵਿਨੋਦ ਭਾਟੀ ਜੀ ਸਾਡੇ ਵੱਡੇ ਵੀਰਾ ਸਾਬਕਾ ਸਰਪੰਚ ਸਾਹਿਬ ਤੇ ਨਿਸ਼ਾਨ ਜੀ ਸਾਡੇ ਸਰਪੰਚ ਸਾਹਿਬ ਵੱਡੇ ਵਿਨੋਦ, ਬਹੁਤ ਵੱਡਾ ਯੋਗਦਾਨ ਇਸ ਕਬੱਡੀ ਦਾ। ਵਿਨੋਦ ਭਾਟੀ ਦੀ ਤਰਫ ਸੇ ਹੱਕ ਮਾਰੀਆ ਜੱਗੂ ਕੀ 3 ਕੈਚੇ 3100 ਰੁਪਏ ਕੀ ਹੋਗੀ, ਵੱਡਾ ਧੰਨਵਾਦ ਤੀਨੋਂ ਭਾਈਓ ਦਾ। ਟਾਈਮ ਆਊਟ ਲਿਆ ਗਿਆ ਜੀ ਬਹੁ ਅਕਬਰਪੁਰ ਦੀ ਟੀਮ ਦੇ ਖਿਡਾਰੀਆਂ ਵੱਲੋਂ। ਵਿਨੋਦ ਭਾਟੀ ਭਾਈ ਦਾ ਵੱਡਾ ਧੰਨਵਾਦ ਹੈ। ਬਲੋਦ ਸਰਪੰਚ ਜੀ ਨਿਸ਼ਾਨ ਸਰਪੰਚ ਜੀ ਸਾਡੇ ਵੱਡੇ ਵੀਰ ਮੌਂਟੂ ਹਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਕਬੱਡੀ ਕੱਪ ਦੇ ਲਈ। ਉਧਰ ਹਾਂ ਦੇਵਿੰਦਰ ਕਾਜਨ ਭਾਈ ਨਾਲ ਜੁੜਿਆ ਹੋਇਆ ਹੈ, ਹਲਕਾ ਗਨੌਰ ਸੇ ਉਸ ਭਾਈ ਦਾ ਵਾਰ ਵਾਰ ਧੰਨਵਾਦ। ਅਗਲੀ ਰੇਡ ਕਹਿੰਦੇ ਸੀਸਰ ਵਾਲਾ ਭੁੜੀਆ ਇਸ ਵੇਲੇ ਪਾਉਣ ਦੇ ਲਈ ਤਿਆਰ ਬਰ ਤਿਆਰ ਆ। ਪਿੰਡੇ ਲਸ਼ਕਰ ਮੁੰਡਿਆਂ ਦੇ ਜਵਾਨੀ ਉੱਡ ਜੂ ਕਰਦੀ, ਉਹ ਉੱਡ ਜੂ ਕਰਦੀ ਜਵਾਨੀਆਂ ਸੀਸਰ ਦੇ ਭੁੜੀਏ ਦੀ ਕਬੱਡੀ ਪੈ ਰਹੀ ਹੈ। ਇੱਕ ਪਾਸੇ ਪ੍ਰਵੇਸ਼ ਹੈ, ਇਹ ਪ੍ਰਵੇਸ਼ ਲੋਕ ਖੜੇ ਗੱਲਾਂ ਕਰਦੇ ਆ ਵੀ ਪ੍ਰਵੇਸ਼
ਉਸਨੂੰ ਪੁੱਛੀ ਚੰਦਰੇ ਨੂੰ ਹੋਇਆ ਕੀ ਹੈ, ਪਰ ਸ਼ੀਲੂ ਨੇ ਫਿਰ ਟਰਾਈ ਕੀਤੀ ਹੈ। ਅਗਲੀ ਰੇਡ ਕਹਿੰਦੇ ਇਸਨੇ ਪਾਉਣ ਦੇ ਲਈ ਉਹ ਨੌਜਵਾਨ ਖਰਤੇ ਤਾਰੇ ਵਾਲਾ ਤਿਆਰ ਬਰ ਤਿਆਰ ਹੈ। ਡਾਕਟਰ ਵਿਕਾਸ ਬੈਨੀਵਾਲ, ਡਾਕਟਰ ਯਸਪਾਲ ਦਲਾਲ ਨਾਲ ਜੁੜੇ ਹੋਏ ਹੈ। ਹੁਣ ਭਾਈਓ ਦਾ ਵੱਡਾ ਧੰਨਵਾਦ ਹੈ। ਅਬ ਕੇ ਬਾਤ ਪੇ ਬਿਨਾਂ ਖਤਰੀ ਨੌਨ ਸਟੋਪ ਰਹਿਤਾ ਹੈ, ਬਿਲਕੁਲ ਮੰਡਾਗ ਦਾਮ ਕਲੋਜ ਨਾ ਰੋਤਕ ਪੇ ਵੱਡਾ ਮਾਨ ਸਨਮਾਨ ਹੈ। ਬਿਨਾਂ ਖਤਰੀ ਖਰਗ ਜਾ ਟਾਣ ਦਾ ਹੋਗਾ ਭਾਈ, ਬਿਲਕੁਲ ਅਗਰ ਅਬ ਕੇ ਬਾਤ ਨੌਨ ਸਟੋਪ ਰਹਿਤਾ ਹੈ ਬਿਨਾਂ ਖਤਰੀ ਵੀ ਡਾਕਟਰ ਵਿਕਾਸ ਬੈਨੀਵਾਲ ਐਲ ਡੀ ਐਮ ਔਰ ਡਾਕਟਰ ਯਸਪਾਲ ਦਲਾਲ ਕੀ ਤਰਫ ਸੇ ਮੰਡਾਗ ਦਾਮ ਕੀ ਫੈਸਲਾ ਜੀ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਅਗਲੀ ਰੇਡ ਕਹਿੰਦੇ ਸ਼ਹਿਜਾਦ ਅਲੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ। ਜਲੰਧਰ ਹੀ ਅਗਲੀ ਕਬੱਡੀ ਪਾ ਰਿਹਾ ਹੈ। ਨਵਾਂ ਸ਼ਹਿਰ ਫਗਵਾੜਾ ਬੰਗਾ ਧਰਤਨ ਕੋਦਰ ਦੀ ਕਰ ਪੰਜਾਬ ਨੂੰ ਯਾਦ ਨੂੰ ਸਾਡੀ ਅੱਜ ਦੀ ਉਧਰ ਦੀ ਯਾਦਾਂ ਪੱਲੇ ਬੰਨ ਲਿਆ ਨਾਲ ਜਲੰਧਰ ਤੋਂ ਅੱਜ ਸੱਜਣਾ ਦੀ ਆਈ ਹੈ ਕਾਲ ਜਲੰਧਰ ਤੋਂ ਉਹ ਸ਼ੀਲੂ ਤੇ ਸਾਜੀ ਧਰਤੀ ਹੈ ਸ਼ੀਲੂ ਦੀ ਸਾਜੀ ਕਿਆ ਬਾਤ ਹੈ ਭਾਵੇਂ ਸਾਜੀ ਸ਼ਕਰਪੁਰ ਵਾਲਿਆ ਸਾਜੀ ਸ਼ਕਰਪੁਰ ਵਾਲਿਆ ਸਾਜੀ ਸ਼ਕਰਪੁਰ ਵਾਲਿਆ ਆਜ ਬੱਲੇ ਬੱਲੇ ਕਰਾਉਣ ਦਾ ਤਿਆਰ ਆਵਾਜ਼ ਕਾਸ਼ੀਪੁਰੀ ਦੀ ਪੱਕੀ ਰੇਡ ਆ ਗਈ ਹੈ। ਸਾਣਾ ਗਾਓ ਕੀ ਪੂਰੀ ਖੇਲ ਕਮੇਟੀ ਲਾਈ ਜੁੜੀ ਹੈ। ਅਮੀ ਦਲਾਲ ਮੇਰੇ ਨਾਲ ਲਾਈ ਜੁੜਿਆ ਹੈ। ਸਾਰੇ ਭਾਈਓ ਦਾ ਬਾਰ ਬਾਰ ਧੰਨਵਾਦ ਹੈ। ਕਾਸ਼ੀਪੁਰੀ ਦੀਪਕ ਇੱਕ ਤਗੜਾ ਪੁਆਇੰਟ ਆਪਣੀ ਟੀਮ ਦੇ ਖਾਤੇ ਨੂੰ ਜੋੜ ਗਿਆ ਦੋਸਤੋ। ਸੈਂਟਰ ਲਾਈਨ ਤੇ ਇਕੱਠ ਵਧੀਆ ਜੀ, ਮੇਰੀ ਬੇਨਤੀ ਹੈ ਉਹ ਇਕੱਠ ਨੂੰ ਘੱਟ ਕਰਾ ਦਿਓ, ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ, ਕਿਉਂਕਿ ਲੋਕ ਕਬੱਡੀ ਵੇਖਣ ਆਏ ਆ, ਇਹਨਾਂ ਨੂੰ ਸੁਪਰ ਸਟਾਰ ਖਿਡਾਰੀਆਂ ਦੀ ਕਬੱਡੀ ਵੇਖ ਲੈਣ ਦਿਓ। ਉਹ ਸੀਸਰ ਵਾਲਾ ਭੁਰੀਆ ਕਹਿੰਦੇ ਅੰਦਰਾਂ ਆਈ ਤੇ ਆਇਆ ਫਿਰਦਾ ਕਿ ਫਿਕਰ ਨਾ ਕੋਈ ਹਿੱਟ ਜਾਂ ਫਲੋਪ ਦੇ, ਚਰਚੇ ਤਾਂ ਦੇਖ ਜਾਣਾ ਸਾਡੇ ਖੌਫ ਦੇ, ਸ਼ੀਲੂ ਦਾ ਖੌਫ ਹੈ, ਉਹ ਭੁਰੀਏ ਦਾ ਦੌਰ ਚੱਲਦਾ ਹੈ, ਇੱਕ ਪਾਸੇ ਸ਼ੀਲੂ ਦੂਜੇ ਪਾਸੇ ਇਸ ਰੇਟ ਇੱਕ ਸੈਕਿੰਡ ਜੀ, ਇਸ ਰੇਟ ਪਰ 500 ਰੁਪਏ ਉਧਰ ਰਿੰਕੂ ਪੰਡਿਤ ਸਿਓ ਵਾਲਾ ਉਹ ਭਾਈ ਨੂੰ ਲਾਈ ਜੁੜਿਆ ਹੋਇਆ ਹੈ। ਉਸ ਭਾਈ ਦਾ ਬਾਰ ਬਾਰ ਧੰਨਵਾਦ ਹੈ। ਕਰੈਕਟਰ ਕਿਸੇ ਦੇ ਨਾਲ ਉਹ ਘੱਟ ਨੀ, ਤੂੰ ਜੱਜ ਮੂਹਰੇ ਮੁੱਕਰੀ ਨਾ, ਮੁੱਲ ਮੋੜ ਦੂ ਪਿਆਰ ਵਾਲਾ ਜੱਟ ਨੀ। ਸ਼ਹਿਜਾਦ ਅਲੀ ਦੀ ਅਗਲੀ ਕਬੱਡੀ ਪੈ ਰਹੀ ਹੈ। ਚਾਰ ਜਾਤੀ ਸ਼ੀਲੂ ਵਰਗੇ, ਰਕੇਸ਼ ਵਰਗੇ, ਮਨੀਸ਼ ਵਰਗੇ, ਪ੍ਰਵੇਸ਼ ਵਰਗੇ ਤਿਆਰ ਬਰ ਤਿਆਰ ਹੈ। ਸ਼ਹਿਜਾਦ ਅਲੀ ਕਹਿੰਦੇ ਮਾਨਸਾ ਦੇ ਹਾਕਮ ਵਾਲਾ ਪਿੰਡ ਦੀ ਟੀਮ ਦੇ ਲਈ ਗਰਾਊਂਡ ਦੇ ਵਿੱਚ ਕਬੱਡੀ ਪਾ ਰਿਹਾ ਹੈ। ਦਿਆਲਪੁਰ ਦਾ ਮੇਲਾ ਮੇਰੇ ਵੀਰੋ, ਮੇਲਾ ਨੱਚਦਾ, ਭੰਗੜੇ ਪੈਂਦੇ ਆ, ਉਹ ਅੱਜ ਸ਼ੀਲੂ ਆਇਆ ਹੋਇਆ, ਅੱਜ ਸਾਜੀ ਸ਼ੀਲੂ ਤੇ ਸ਼ੀਲੂ ਰਿੰਕੂ ਖਰੇਟੀ ਜੋ ਪਿਛਲੀ ਰੇਡ ਦੇ ਕੇ ਗਿਆ ਥਾ ਡਾਟਾ ਸਿਟੀ ਫਰੀਦਾਬਾਦ ਕੀ ਤਰਫ ਸੇ, ਉਸ ਰੋਡ ਤੇ 1100 ਰੁਪਏ ਸੇ ਮਾਨ ਸਨਮਾਨ ਹੋਗਾ ਬਾਈ ਰਿੰਕੂ ਖਰੇਟੀ ਦਾ। ਕਾਸ਼ੀਪੁਰੀਆ ਦੀਪਕ ਫਰੀਦਾਬਾਦੀਆ ਦੀਪਕ ਆ ਗਿਆ, ਕਾਸ਼ੀਪੁਰੀਆ ਦੀਪਕ ਆ ਗਿਆ ਮੇਰੇ ਵੀਰੋ। ਕੋਠੇ ਜਿੱਦਾਂ ਮੁੰਡਾ ਹੈ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ, ਇੱਕ ਪਾਸੇ ਸੋਨੂੰ ਰਾਜਪੁਰੇ ਭੈਣ ਰਾਜਪੁਰੀਆ
ਵਿੱਚ ਪਏ ਓਰੇ ਵਕਤਰੋ ਦੇ ਭਾਟੀ ਸਰਪੰਚ ਸਾਹਿਬ ਦੱਸੇ ਬਹੁ ਉਪਰਪੁਰੀਏ ਸਿੰਨੂ ਕੀ ਤੀਨ ਕੇਚੇ ਕਿਆਵਨ ਸੋਗੀ ਬਾਈ ਕਿਆ ਬਾਤ ਹੈ ਸੀਸਰ ਵਾਲਾ ਭੁਰੀਆ ਕਹਿੰਦੇ ਲਾਉਂਦਾ ਹੱਥਾਂ ਨੂੰ ਕਲੀ ਅੱਗੇ ਵਧਿਆ ਹੋਇਆ ਸ਼ੀਲੂ ਹੈ ਰਕੇਸ਼ ਹੈ ਨਾਲ ਮਨੀਸ਼ ਹੈ ਨਾਲ ਪ੍ਰਵੇਸ਼ ਹੈ ਚਾਰ ਜਾਫੀ ਬਹੁਤ ਆਤਮਪੁਰ ਦੀ ਟੀਮ ਦੇ ਪਿਆਰ ਬਚਾਰ ਹੈ ਉਹ ਸ਼ੀਲੂ ਤੇ ਭੁਰੀਆ ਭੁਰੀਆ ਤੇ ਸ਼ੀਲੂ ਮੇਲਾ ਦਿਆਲਪੁਰ ਦਾ ਜ਼ਿਲ੍ਹਾ ਫਰੀਦਾਬਾਦ ਦੀ ਧਰਤੀ ਹੈ ਟੱਕਰ ਬੱਬਰ ਸ਼ੇਰਾਂ ਦੀ ਉਹ ਪਿੱਚ ਸ਼ੀਲੂ ਕਹਿ ਗਿਆ ਵੀ ਸ਼ੀਲੂ ਭੁਰੀਆ ਭੁਰੀਆ ਸ਼ੀਲੂ ਸ਼ੀਲੂ ਭੁਰੀਆ ਤੈਨੂੰ ਹਿੱਕ ਦੇ ਜ਼ੋਰ ਨਾਲ ਲੈ ਜਾਂਗੇ ਗੱਲ ਛੱਡਣੀ ਨਹੀਂ ਨਸੀਬਾਂ ਤੇ ਤੈਨੂੰ ਹਿੱਕ ਦੇ ਜ਼ੋਰ ਨਾਲ ਲੈ ਜਾਂਗੇ ਗੱਲ ਛੱਡਣੀ ਨਹੀਂ ਨਸੀਬਾਂ ਤੇ ਇਹ ਸੀਸਰ ਵਾਲਾ ਭੁਰੀਆ ਮੇਰੇ ਵੀਰੋ ਲੋਕ ਦਿਲਾਂ ਤੇ ਰਾਜ ਕਰਨ ਵਾਲੇ ਖਿਡਾਰੀ ਅੱਜ ਦਿਆਲਪੁਰ ਫਰੀਦਾਬਾਦ ਦੇ ਮੇਲੇ ਤੇ ਪੁੱਜੇ ਹੋਏ ਹੈ ਲੈ ਵੀ ਹਰਮਨ ਦੱਸੀ ਆ ਕੇ ਇੱਕ ਦੋ ਤਿੰਨ ਤੇ ਕਿੰਨੀ ਦੁਨੀਆ ਜੁੜੀ ਬੈਠੀ ਹੈ ਵਿਨੇ ਖੱਤਰੀ ਵਿਨੇ ਖੱਤਰੀ ਆ ਗਿਆ ਰੇਡ ਪੇ ਦੋਸਤੋ ਰੇਣੂ ਦੇਸ਼ਵਾਲ ਤਲਾਬ ਦਾ ਯਾਰ ਆ ਗਿਆ ਰੇਡ ਪੇ ਵਿਨੇ ਜੱਗੂ ਜੱਗੂ ਲੇਕਿਨ ਖੱਤਰੀ ਦੀ ਖੱਤਰੀ ਇੱਕ ਤਗੜਾ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਗਿਆ ਅਸਲਮ ਏ ਕਿਆ ਸਕੋਰ ਹੋ ਗਿਆ ਜੀ ਅਸਲਮ ਬਾਈ ਹੈਲੋ ਸਕੋਰ ਕਿਆ ਬਾਤ ਹੈ ਪਹਿਲਾ ਸੈਮੀ ਇੱਕ ਵੈਬਸਾਈਟ ਤੇ 22,000 ਲੋਕਾਂ ਨੇ ਵੇਖਿਆ ਦੂਜਾ ਸੈਮੀ 35,000 ਬਾਤਿੰਗ ਚੱਲ ਰਹੀ ਹੈ ਲੋਕਾਂ ਦੇ ਇਕੱਠ ਵੱਡੇ ਦੀ ਗੱਲ ਹੋ ਰਹੀ ਹੈ ਉਹ ਦਿਆਲਪੁਰ ਦਾ ਮੇਲਾ ਸ਼ਾਜੀ ਸ਼ੰਕਰਪੁਰੀਆ ਕਬੱਡੀ ਪਾ ਰਿਹਾ ਹੈ ਪਰਮੇਸ਼ ਕਰ ਲੈ 2,000 ਸ਼ਾਜੀ ਨੱਚਦਾ ਫਿਰਦਾ ਦੋ ਸ਼ੌਕ ਮਿੱਤਰਾਂ ਦੇ ਪੌਣੇ ਭੰਗੜੇ ਤੇ ਖੇਡਣੀ ਕਬੱਡੀ ਸ਼ਾਜੀ ਅੱਜ ਦਿਆਲਪੁਰ ਦੇ ਵਿੱਚ ਭੰਗੜੇ ਪਾਉਂਦਾ ਫਿਰਦਾ 35 ਤੋਂ ਗੱਲ 37,000 ਤੇ ਹੋ ਗਈ ਹੈ ਉਹ ਕਬੱਡੀ ਪਾਉਣ ਦੇ ਲਈ ਦੀਪਕ ਕਾਸ਼ੀਪੁਰੀਆ ਫਰੀਦਾਬਾਦ ਅੱਗੇ ਵੱਲ ਵਧਦਾ ਹੋਇਆ ਹਾਂ ਕਾਸ਼ੀਪੁਰੀਆ ਦੀਪਕ ਆ ਗਿਆ ਰੇਡ ਪੇ ਦੋਸਤੋ ਸੋਨੂ ਰਾਜਪੁਰਾ ਬੋਰਡ ਕੇਚ ਲਗਾਤਾ ਹੈ ਤੋ 1100 ਦੀ ਕੇਚ ਹੋ ਗਈ ਬਾਈ ਮਨੀਤ ਸੇ ਸਿਵਾਜ ਮੈਨ ਕੀ ਤਰਫ ਸੇ 1100 ਕੀ 1100 ਕੀ ਹੱਕ ਮਾਰੀਆ ਜੱਗੂ 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 ਦੀਪਕ ਕਾਸ਼ੀਪੁਰੀਆ ਹਾਂ ਕਾਸ਼ੀਪੁਰੀਆ 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 ਤਗੜਾ ਪੁਆਇੰਟ ਜੁੜ ਗਿਆ ਸ਼ਕਲਪੁਰੀ ਆ ਗਿਆ ਸਾਜੀ ਮੇਰੇ ਵੀਰੇ ਅਗਲੀ ਕਬੱਡੀ ਪਾਉਣ ਦੇ ਲਈ ਮੈਨੂੰ ਲੱਗਦਾ ਹੱਕ ਮਾਰੀਏ ਹਿੱਕ ਦੇ ਬਰੋਟਾ ਲਾ ਕੇ ਭੁਪਿੰਦਰ ਪੁੱਜਾ ਹੋਇਆ ਸਾਜੀ ਦੀ ਕਬੱਡੀ ਪੈ ਰਹੀ ਹੈ ਮਨੀਸ਼ ਸਿਵਾਜ ਕੀ ਤਰਫ ਸੇ ਸਿੱਲੂ ਕੀ ਕੇਚੇ 2,000 ਕੀ ਮਨੋਜ ਸਿੱਲੂ ਕਿਆ ਬਾਤ ਹੈ ਸਿੱਲੂ ਤੇ ਸਾਜੀ ਇੱਕ ਪੁਆਇੰਟ ਅਭੀ ਹੋਲਡ ਹੈ ਰਿਵਿਊ ਦੇਖ ਰਹੇ ਹੈ ਬਤਾਓ ਕੌਣ ਗਿਆ ਹੋਇਆ ਹੈ ਮੈਚ ਬੰਦ ਹੋਣਾ ਇਸ ਮੈਚ ਕੋ ਹਾਕਮ ਵਾਲਾ ਦੀ ਟੀਮ ਨੇ ਜਿੱਤ ਲਿਆ ਪੰਜਾਬ ਦੀਆਂ ਟੀਮਾਂ ਦਾ ਫਾਈਨਲ ਹੋਵੇਗਾ ਘਰਾਚੋ ਤੇ ਹਾਕਮ ਵਾਲਾ ਕਬੱਡੀ ਕੱਪ ਦਾ ਦੋਨੋਂ ਪੰਜਾਬ ਦੀਆਂ ਟੀਮਾਂ ਦਾ ਫਾਈਨਲ ਹੋਵੇਗਾ ਚਾਂਦਪੁਰ ਨੇ ਕ੍ਰਿਕਟ ਦਾ ਟੂਰਨਾਮੈਂਟ ਹੋਗਾ ਪਹਿਲਾ ਇਨਾਮ 15,000 ਦੂਸਰਾ ਇਨਾਮ 7,100 ਦਸੰਬਰ 2023 ਕੋ ਗਰਾਊਂਡ ਕਲੀਅਰ ਕਰ ਦਿਓ ਬਾਈ ਗਰਾਊਂਡ ਕਲੀਅਰ ਕਰ ਦਿਓ ਗਰਾਊਂਡ
ਅਰਜੀਤ ਭਾਈ ਉਹਨੇ ਬੱਚੋ ਕੋ ਪੈਸੇ ਬੋਲੇ ਤੇ ਖਿਲਾੜੀਆਂ ਦੇ ਉਹ ਪੈਸੇ ਦੇ ਦਿਓ ਭਾਈ। ਪਰਮਿੰਦਰ ਕਾਂਸੇ ਹੈਲੋ ਹੈਲੋ ਪਰਮਿੰਦਰ ਦਿਆਲਪੁਰੇ ਅਰੇ ਕਮੈਂਟੇਟਰ ਸਾਹਿਬ ਸੁਣੋ ਰਾਕੇਸ਼